जी जिस तरह तुहानूं पहले भी मैं दस्सिया सी कि जिस तरह मानयोग एस एस पी पठानकोट साहब की डायरेक्शनस से आपां सिटी विच बहुत ही सख्त कार्रवाई कर रहे जिहड़े बंदे किसी भी टाइप की जिहड़ी क्रिमिनल एक्टिविटीज से इनवॉल्व है। इस दी कड़ी च मैं अपनी इस तो पहली इंटरव्यू से भी कहा सी कि भी जिहड़े बंदे किसी होटल से या किसी घर से किसी भी टाइप का सैक्स रैकेट चला रहे हैं या इमोरल ट्रैफिकिंग कर रहे उन्होंने आप सख्त कार्रवाई करा। इसी की लड़ी के जड़ा आप कल एक कार्रवाई की है, दो होटल पेंदे है, एक होटल अनमोल है जो शापरकंडी थाने चे है, दूसरा होटल आर वी है राजू विक्की जो कि ममून कैंट थाने चे। इन्हों की साढ़े को इनफॉर्मेशन सी इतने आप काफ़ी देर तो काम कर रहे थे, अपने इनफॉर्मर भी आप लगाए से कल आपां इन्हां दोनों होटल्स ते अपने फॉर्मर्स दे राही इनफॉर्मेशन कन्फर्म करके कानून दे मुताबक रेड कीती है। रेड करन दे बाद उत्थों आपां जिहड़ियां लड़कियां ते कुछ बंदे जिहड़े आ उह जिहड़े इस काम च लगे हुए सी उन्हां नूं मौके ते जिहड़ा उह गिरफ्तार कीता। इस दे विच मुकदमा नंबर 74 इमोरल ट्रैफिकिंग एक्ट सैक्शन 345 जिहड़ा पुलिस स्टेशन शापरकंडी च दर्ज होया। ਇਹਦੇ ਵਿੱਚ ਟੋਟਲ 5 ਦੋਸ਼ੀ ਜਿਹੜੇ ਆ ਉਹ ਨਾਮਜ਼ਦ ਹੋਏ ਆ। ਮੌਕੇ ਤੋਂ ਲੜਕੀ ਮਿਲੀ ਹੈ ਇੱਕ, ਉਹਦੇ ਬਾਅਦ ਜਿਹੜਾ ਮੈਨੇਜਰ ਹੈ ਹੋਟਲ ਦਾ ਉਹ ਮਿਲਿਆ ਅਤੇ ਨਾਲ ਇੱਕ ਹੋਰ ਉਹਦਾ ਉੱਥੇ ਜਿਹੜਾ ਹੈਲਪਰ ਸੀ ਉਹ ਮਿਲਿਆ। ਇਸ ਤੋਂ ਇਲਾਵਾ ਜਿਹੜੇ ਦੋ ਹੋਰ ਬੰਦੇ ਆ ਉਹ ਜਿਹੜੇ ਬੰਦੇ ਆ ਇਹਦੇ 'ਚ ਹਾਲੇ ਅਰੈਸਟ ਨਹੀਂ ਹੋਏ। ਟੋਟਲ 3 ਜਣਿਆਂ ਦੀ ਅਰੈਸਟ ਮੁਕੱਦਮਾ ਨੰਬਰ 74 'ਚ ਪੈ ਗਈ ਹੈ ਜੀ। ਦੂਸਰਾ ਜਿਹੜਾ ਮੁਕੱਦਮਾ ਨੰਬਰ 75 ਹੈ ਉਹ ਹੋਟਲ ਰਾਜੂ ਵਿੱਕੀ ਜੋ ਕਿ ਹਰਿਆਲ 'ਚ ਪੈਂਦਾ ਚੱਕੀ ਪੁਲ ਦੇ ਨੇੜੇ, ਉੱਥੇ ਵੀ ਇਹ ਕੰਮ ਚੱਲ ਰਿਹਾ ਸੀ। ਉੱਥੇ ਟੋਟਲ ਆਪਾਂ 9 ਬੰਦੇ ਨਾਮਜ਼ਦ ਕੀਤੇ ਆ ਜੀ। ਇਹ 'ਚ ਟੋਟਲ 7 ਬੰਦਿਆਂ ਦੀ ਅਰੈਸਟ ਪੈ ਗਈ ਹੈ, ਜਿਸ 'ਚ 2 ਕੁੜੀਆਂ ਜਿਹੜੀਆਂ ਇਹ ਕੰਮ ਕਰ ਰਹੀਆਂ ਸੀ, ਉੱਥੇ ਜਿਹੜਾ ਕਸਟਮਰ ਆਇਆ ਸੀ ਇੱਕ ਉਹ ਵੀ ਸੀ, ਇਸ ਤੋਂ ਇਲਾਵਾ ਜਿਹੜਾ ਮੈਨੇਜਰ ਆ ਉਹ ਵੀ ਸੀ, ਔਰ ਬਾਕੀ ਜਿਹੜੇ ਉੱਥੇ ਹੈਲਪਰ ਸਟਾਫ ਸੀ ਉਹ ਵੀ ਸੀ ਜੋ ਕਿ ਇਸ ਕੰਮ ਦੇ ਵਿੱਚ ਪੂਰੇ ਇਨਵੋਲਵ ਸੀ। ਇਸ ਤੋਂ ਇਲਾਵਾ ਜਿਹੜੇ ਹੋਟਲ ਦੇ ਮਾਲਕ ਹੈ ਮਿਸਟਰ ਰਾਜੂ ਅਤੇ ਮਿਸਟਰ ਵਿੱਕੀ ਉਹਨਾਂ ਨੂੰ ਵੀ ਆਪਾਂ ਬਾਏ ਨੇਮ ਵਿੱਚ ਨਾਮਜ਼ਦ ਕੀਤਾ। ਅਤੇ ਹੁਣ ਆਪਾਂ ਅਗਲੀ ਜਿਹੜੀ ਇਹ 'ਚ ਹੋਰ ਐਵੀਡੈਂਸ ਜਿਹੜੇ ਕਲੈਕਟ ਕੀਤੇ ਆ ਮੌਕੇ 'ਤੇ ਉਹਨਾਂ ਨੂੰ ਅੱਗੇ ਉਹਦੀ ਹੋਰ ਤਫਤੀਸ਼ ਕਰ ਰਹੇ ਹਾਂ। ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਜਿਹੜੇ ਵੀ ਬੰਦੇ ਹੋਟਲ ਬਿਜ਼ਨਸ 'ਚ ਲੱਗੇ ਹੋਏ ਹੈ ਸਾਡੀ ਉਹਨਾਂ ਨਾਲ ਪੂਰੀ ਸਪੋਰਟ ਹੈ। ਜਿਹੜੇ ਲੀਗਲੀ ਕੰਮ ਕਰ ਰਹੇ ਆ ਜਿਸ ਤਰ੍ਹਾਂ ਹੋਟਲ ਦਾ ਕੰਮ ਹੁੰਦਾ, ਅਗਰ ਕਿਸੇ ਹੋਟਲ 'ਚ ਜਾਂ ਪ੍ਰਾਈਵੇਟ ਜਗ੍ਹਾ 'ਚ ਕੋਈ ਵੀ ਸੈਕਸ ਰੈਕਟ ਨਾਲ ਮੁਤਲਕ ਅਗਰ ਕੋਈ ਕੰਮ ਸਾਨੂੰ ਮਿਲਿਆ ਜਾਂ ਇਨਫੋਰਮੇਸ਼ਨ ਮਿਲੀ ਉੱਤੇ ਆਪਾਂ ਬਹੁਤ ਹੀ ਸਖਤ ਕਾਰਵਾਈ ਕਰਾਂਗੇ ਅਤੇ ਅੱਗੇ ਵੀ ਤੁਸੀਂ ਇਸ ਤਰ੍ਹਾਂ ਦੇ ਓਪਰੇਸ਼ਨਸ ਦੇਖੋਗੇ। ਮਾਨਯੋਗ ਐਸ ਐਸ ਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨ ਇੱਥੇ ਬਹੁਤ ਕਲੀਅਰ ਹੈ ਕਿ ਕਿਸੇ ਵੀ ਪ੍ਰਕਾਰ ਦਾ ਆਪਾਂ ਇਮੋਰਲ ਟ੍ਰੈਫਿਕਿੰਗ ਦਾ ਕੰਮ ਪਠਾਨਕੋਟ 'ਚ ਨਹੀਂ ਹੋਣਾ ਅਤੇ ਪੰਜਾਬ ਪੁਲਿਸ ਪੂਰੇ ਜ਼ੋਰ ਨਾਲ ਇੱਥੇ ਕੰਮ ਕਰੂਗੀ। ਅਗਰ ਆਪਾਂ ਨੂੰ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਕੰਮ ਮਿਲਦਾ ਆਪਾਂ ਬਹੁਤ ਹੀ ਸਟ੍ਰਿਕਟ ਐਕਸ਼ਨ ਲਵਾਂਗੇ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕੱਲ੍ਹ ਆਪਾਂ ਲਿਆ।